ਸਵਾਗਤ ਹੈ ਦੋਸਤੋ ਤੁਸੀਂ ਜੁੜ ਚੁੱਕੇ ਹੋ ਸ਼ਰਪਰ ਨਿਊਜ਼ ਤੇ ਨਾਲ ਤੇ ਮੈਂ ਹੇ ਚੇਤਨ ਕਾਸ਼ਾ ਆਉਣ ਵਾਲੀ 17 ਅਗਸਤ ਤੋਂ ਮਾਤਾ ਚਿੰਤਪੁਰਨੀ ਜੀ ਦੇ ਨਵਰਾਤਰੇ ਸ਼ੁਰੂ ਹੋਣ ਜਾ ਰਹੇ ਨੇ ਤੇ ਦੇਸ਼ ਵਿਦੇਸ਼ ਤੋਂ ਲੱਖਾਂ ਦੀ ਤਦਾਦ ਦੇ ਵਿੱਚ ਸੰਗਤ ਹੈ ਜਿਹੜੀ ਮਾਤਾ ਚਿੰਤਪੁਰਨੀ ਜੀ ਦੇ ਦਰਬਾਰ ਤੇ ਨਤਮਸਤਕ ਹੋਣ ਲਈ ਪਹੁੰਚਦੀ ਹੈ ਕਿਉਂਕਿ 8 ਤੋਂ 9 ਦਿਨ ਦਾ ਜਿਹੜਾ ਇੱਕ ਭਾਰੀ ਮੇਲਾ ਹਿਮਾਚਲ ਪ੍ਰਦੇਸ਼ ਤੇ ਪੰਜਾਬ ਦੀ ਧਰਤੀ ਤੇ ਇਹ ਲੱਗਦਾ ਹੈ ਦੂਰ ਦੂਰ ਡਰਾੜਿਆਂ ਤੋਂ ਲੋਕ ਹੈ ਜਿਹੜੇ ਵਖ ਵਫਵਾਨਾਂ ਤੇ ਜ਼ਿਆਦਾਤਰ ਸੰਗਤ ਹੈ ਜਿਹੜੀ ਉਹ ਪੈਦਲ ਯਾਤਰਾ ਵੀ ਕਰਦੀ ਹੈ ਸੋ ਜੇਕਰ ਆਪਾਂ ਹੁਣ ਦੀ ਗੱਲ ਕਰੀਏ ਤਾਂ ਹੁ ਉਹ ਮਾਤਾ ਚੰਤਪੁਰ ਲਈ ਜਿਹਦੇ ਦਰਬਾਰ ਵਾਲਾ ਚਾਲੇ ਪਾਉਣੇ ਚ ਸੰਗੀਤ ਵੱਲੋਂ ਸ਼ੁਰੂ ਕਰ ਦਿੱਤੇ ਗਏ ਨੇ ਉਥੇ ਜੇਕਰ ਆਪਾਂ ਸੜਕ ਦੀ ਹਾਲਤ ਦੀ ਗੱਲ ਕਰੀਏ ਤਾਂ ਸੜਕ ਦੀ ਹਾਲਤ ਹੈ ਜਿਹੜੀ ਅੱਗੇ ਨਾਲੋਂ ਕਾਫੀ ਜ਼ਿਆਦਾ ਪ੍ਰਸ਼ਾਸਨ ਵੱਲੋਂ ਸੁਧਾਰ ਦਿੱਤੀ ਗਈ ਹੈ ਹਾਲਾਂਕਿ ਕੁਝ ਕੁ ਹਿੱਸਾਲੇ ਸੜਕ ਦਾ ਨਿਰਮਾਣ ਪੱਖੋਂ ਰੰਦਾ ਪ੍ਰੰਤੂ ਜੇਕਰ ਆਪਾਂ ਇਹਨਾਂ ਤਸਵੀਰਾਂ ਦੀ ਗੱਲ ਕਰੀਏ ਜੋ ਤੁਸੀਂ ਨਾਲ ਦੇ ਨਾਲ ਸਕਰੀਨ ਤੇ ਵੇਖ ਰਹੇ ਹੋ ਇਹ ਤਸਵੀਰਾਂ ਜਿਹੜੀਆਂ ਚੋਹਾਲ ਤੋਂ ਕਾਫੀ ਉੱਪਰ ਜਾ ਕੇ ਨੇ ਜਿੱਥੇ ਕਿ ਪ੍ਰਸਿੱਧ ਹੋਟਲ ਹੁੰਦਾ ਸੀ ਜੀਨਾ ਵੈਲੀ ਇੱਕ ਇਨਾਮ ਦਾ ਹੋਟਲ ਹੁੰਦਾ ਸੀ ਤਾਂ ਉਸ ਦੇ ਸਾਹਮਣੇ ਹੈ ਜਿਹੜੀ ਉਹ ਸੜਕ ਦੇ ਵਿੱਚਕਾਰ ਕਾਫ ਤਤਲਬ ਇੱਕ ਇਹ ਖਬਰ ਨਸ਼ਰ ਕਰਨ ਦਾ ਇਹ ਮੁੱਖ ਮਕਸਦ ਹੈ ਪ੍ਰਸ਼ਾਸਨ ਦੇ ਧਿਆਨ ਵਿੱਚ ਇਹ ਮਾਮਲਾ ਲਿਆਉਣ ਦਾ ਕਿਉਂਕਿ ਇਹ ਵੱਡੀ ਗਿਣਤੀ ਦੇ ਵਿੱਚ ਮੈਂ ਜਿਵੇਂ ਕਿ ਪਹਿਲਾਂ ਵੀ ਦੱਸ ਚੁੱਕਿਆ ਕਿ ਸੰਗਤ ਹੈ ਜਿਹੜੀ ਉਹ ਮਾਤਾ ਚਿੰਤਪੁਰਣੀ ਜਿਹਦਾ ਦਰਬਾਰ ਤੇ ਨਤਮਸਤਕ ਹੋਣ ਲਈ ਜਾਂਦੀ ਹੈ ਵਾਹਨਾਂ ਤੇ ਜਾਂਦੇ ਨੇ ਨੌਜਵਾਨ ਜਾਂਦੇ ਨੇ ਬਜ਼ੁਰਗ ਜਾਂਦੇ ਨੇ ਸੋ ਪ੍ਰਸ਼ਾਸਨ ਇਸ ਕੰਨ ਨੂੰ ਧਿਆਨ ਵਿੱਚ ਰੱਖਦਿਆ ਹੋਇਆ ਇਹ ਖੱਡਿਆਂ ਦੀ ਮੁਰੰਮਤ ਵੀ ਹੈ ਜਿਹੜਾ ਉਹ ਤੁਰੰਤ ਪੈਲ ਦੇ ਆਧਾਰ ਤੇ ਕਰਵਾਏ ਕਿਉਂਕਿ ਇਹ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਕੋਈ ਹਾਦਸਾ ਜਿਹੜਾ ਉਹ ਨਵਾਂ ਪ੍ਰੇ ਕਿਉਂਕਿ ਆਉਣ ਵਾਲੀ 17 ਅਗਸਤ ਤੋਂ ਮਾਤਾ ਚਿੰਤਪੁਰਨੀ ਜੀ ਦੇ ਮੇਲੇ ਸ਼ੁਰੂ ਹੋਣ ਜਾ ਰਹੇ ਨੇ ਤੇ ਜੋ ਕਿ ਲਗਾਤਾਰ 25 ਅਗਸਤ ਤੱਕ ਚੱਲਣਗੇ ਬੇਸ਼ੱਕ ਅਜੇ 10-12 ਦਿਨ ਦਾ ਸਮਾਂ ਜਿਹੜਾ ਮੇਲਿਆਂ ਨੂੰ ਬਾਕੀ ਰਹਿੰਦਾ ਪਰੰਤੂ ਜੇਕਰ ਆਪਾਂ ਹੁਣ ਦੀ ਗੱਲ ਕਰੀਏ ਤਾਂ ਹੁਣ ਤੋਂ ਹੀ ਸੰਗਤਾਂ ਜਿਹੜੀ ਉਹ ਵੱਡੀ ਗਿਣਤੀ ਦੇ ਵਿੱਚ ਉੱਥੇ ਜੁਟਦੀਆਂ ਸ਼ੁਰੂ ਹੋ ਚੁੱਕੀ ਹੈ ਲੰਗਰ ਜਿਨ੍ਹਾਂ ਵੱਲੋਂ ਲੰਗਰ ਲਗਾਏ ਜਾਣੇ ਨੇ ਉਹਨਾਂ ਸੰਸਥਾਵਾਂ ਵੱਲੋਂ ਵੀ ਆਪਣੀਆਂ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਕੁਝ ਕੁ ਥਾਵਾਂ ਤੇ ਲੰਗਰਾਂ ਜਿਹੜੇ ਹੋ ਲੱਗ ਹੀ ਚੁੱਕੇ ਨੇ ਸੋ ਪ੍ਰਸ਼ਾਸਨ ਨੂੰ ਪੁਰਜ਼ੋਰ ਅਪੀਲ ਹੈ ਇਸ ਮਾਰਗ ਦੀ ਜਿਹੜੀ ਮੁਰੰਮਤ ਹੈ ਇਹ ਜੋ ਥੋੜੀ ਜੀ ਸੜਕ ਦੇ ਵਿਚਕਾਰ ਖੱਡੇ ਪਏ ਹੋਏ ਨੇ ਕਿਉਂਕਿ ਕਿਸੇ ਵੱਡੇ ਹਾਦਸੇ ਨੂੰ ਸਦਾ ਦੇ ਸਕਦੇ ਨੇ ਸੋ ਤੁਰੰਤ ਇਹਨਾਂ ਦੀ ਪਹਿਲ ਦੇ ਆਧਾਰ ਤੇ ਮੁਰੰਮਤ ਕਰਵਾਈ ਜਾਵੇ ਇਹਨਾਂ ਦੇ ਵਿੱਚ ਗੱਟਾ ਪਰਵਾਇਆ ਜਾਵੇ ਜਾਂ ਕਿਸੇ ਵੀ ਤਰ੍ਹਾਂ ਨਾਲ ਕਿਸ ਵੀ ਇਹ ਤਰੀਕੇ ਦੇ ਨਾਲ ਢੰਗ ਤਰੀਕੇ ਦੇ ਨਾਲ ਪ੍ਰਸ਼ਾਸਨ ਇਹਨਾਂ ਖੱਡਿਆਂ ਨੂੰ ਪੂਰੇ ਗਾ ਜਾਂ ਇਹਨਾਂ ਦਾ ਨਿਰਮਾਣ ਕਰਨਾ ਚਾਹੇਗਾ ਸੜਕ ਦਾ ਉਹਨੇ ਕਿ ਹਿੱਸੇ ਦਾ ਸੋ ਤੁਰੰਤ ਪਹਿਲ ਦੇ ਆਧਾਰ ਤੇ ਪ੍ਰਸ਼ਾਸਨ ਇਹ ਪਹਿਲ ਕਤਮੀ ਕਰੇ ਤਾਂ ਸੜਕ ਦੀ ਮੁਰੰਮਤ ਕਰਵਾਏ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਮਾਲੀ ਨੁਕਸਾਨ ਹੈ ਜਿਹੜਾ ਉਹ ਨਾ ਹੋ ਸਕੇ ਸੋ ਬਹੁਤ ਬਹੁਤ ਧੰਨਵਾਦ ਤੁਸੀਂ ਜੁੜੇ ਰਹੋ ਸ਼ਰਪਰ ਨਿਊਜ਼ ਦੇ ਨਾਲ